ਵੈਲਕਮ ਹੈ ਜੀ ਸਟੂਡੈਂਟ ਸਾਰਿਆਂ ਦਾ ਸੋ ਅੱਜ ਇੱਕ ਬਹੁਤ ਇੰਪੋਰਟੈਂਟ ਸ਼ੋ ਕਰਨ ਜਾ ਰਹੇ ਹਾਂ ਕੈਨੇਡਾ ਦੇ ਰਿਜ਼ਲਟਸ ਦਾ ਸਭ ਨੂੰ ਇੰਤਜ਼ਾਰ ਸੀ ਨਵੇਂ ਰੂਲਸ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਕਿ ਕੀ ਨਵੇਂ ਰੂਲਸ ਇੰਪਲੀਮੈਂਟ ਹੋਣ ਤੋਂ ਬਾਅਦ ਰਿਜ਼ਲਟ ਪੈਟਰਨ ਚੇਂਜ ਹੋਇਆ ਸੋ 5.5 ਵਾਲਿਆਂ ਦੇ ਰਿਜ਼ਲਟ ਆਣੇ ਸ਼ੁਰੂ ਹੋ ਗਏ ਨੇ ਕਿੱਦਾਂ ਦੇ ਰਿਜ਼ਲਟ ਨੇ ਅੱਜ ਡਿਟੇਲ ਚ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਸੀਨੀਅਰ ਕੰਸਲਟੈਂਟ ਵੀਨਾ ਗੋਇਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੀ ਇਹ ਨਾਲ ਜੀ ਸਾਰੇ ਸਟੂਡੈਂਟਸ ਬਹੁਤ ਬੇਸਬਰੀ ਨਾਲ ਵੇਟ ਕਰ ਰਹੇ ਸੀਗੇ ਕਿ ਨਵੇਂ ਰੂਲਸ ਤੋਂ ਬਾਅਦ ਕਿੱਦਾਂ ਦੇ ਰਿਜ਼ਲਟ ਆਣਗੇ ਕਿਉਂਕਿ ਕਿਤੇ ਨਾ ਕਿਤੇ ਐਕਸਪਰਟਸ ਨੇ ਵੀ ਸਟਾਰਟਿੰਗ ਤੇ ਡਾਊਟ ਜ਼ਾਹਰ ਕੀਤਾ ਸੀ ਇੰਨੇ ਜ਼ਿਆਦਾ ਸਟੂਡੈਂਟਸ ਹੋ ਜਾਣਗੇ ਜਦੋਂ 5.5 ਨਾਲ ਫਾਈਲਾਂ ਲੱਗਣਗੀਆਂ ਕੈਨੇਡਾ ਅਕੋਮੋਡੇਟ ਕਿਵੇਂ ਕਰੇਗਾ ਹੋ ਸਕਦਾ ਸਿਰਫ ਰਿਲੈਕਸੇਸ਼ਨ ਦੇਤੀ ਉਸ ਤੋਂ ਬਾਅਦ ਚੂਜ਼ ਸ਼ਾਇਦ 6 ਸੀਚ ਵਾਲਿਆਂ ਨੂੰ ਹੀ ਕਰ ਲੈਣ ਬਟ ਰਿਜ਼ਲਟ ਹੁਣ ਕੀ ਕਹਿੰਦੇ ਨੇ ਰਿਜ਼ਲਟ ਇਸ ਟਾਈਮ ਬਹੁਤ ਅੱਛੇ ਆ ਰਹੇ ਆ ਉਹ ਦਾ ਰੀਜ਼ਨ ਇਹ ਹੈ ਕਿ ਹਜੇ ਜਸਟ ਸਟਾਰਟ ਹੀ ਹੋਇਆ ਹੈ ਦੇਖੋ ਜਿਹੜੇ ਲੰਬੇ ਰਿਜ਼ਲਟ ਆ ਬਹੁਤ ਟਾਈਮ ਬਾਅਦ ਪਤਾ ਚੱਲਦੇ ਆ ਲੇਕਿਨ ਇਸ ਟਾਈਮ ਰਿਜ਼ਲਟ ਬਹੁਤ ਅੱਛੇ ਆ ਤੇ ਸਟੂਡੈਂਟ ਜਿਹੜੇ ਉਹ ਪੋਜ਼ਿਟਿਵ ਹੋਣਾ ਚਾਹੀਦਾ ਹੈ ਰੀਜ਼ਨ ਬੀਇੰਗ ਜਿਹੜੇ ਸ਼ੁਰੂਆਤ ਦੇ ਰਿਜ਼ਲਟ ਆ ਈਵਨ ਦੋ ਚ 5.5 ਬੈਂਡ ਤੇ ਵੀ ਵੀਜ਼ੇ ਆ ਰਹੇ ਆ ਤੇ ਇਸ ਕਰਕੇ ਮੈਂ ਤੇ ਕਹੂੰਗੀ ਰਿਜ਼ਲਟ ਅੱਛੇ ਆ ਰਹੇ ਆ ਪਰ ਫਿਰ ਵੀ ਅਸੀਂ ਐਨਕੋਰੇਜ ਕਰਾਂਗੇ ਕਿ ਤੁਸੀਂ ਇਹ ਮੰਨ ਕੇ ਨਾ ਚੱਲੋ ਕਿ ਹਜੇ ਰਿਜ਼ਲਟ ਅੱਛੇ ਆ ਰਹੇ ਤੇ ਕੱਲ ਵੀ ਤੇ ਤੁਸੀਂ ਜੇ ਆਇਲਸ ਜਾਂ ਪੀਟੀ ਦੀ ਤਿਆਰੀ ਕਰ ਰਹੇ ਹੋ ਤੇ ਆਪਣੀ ਤਰਫ ਤੋਂ ਕੋਸ਼ਿਸ਼ ਕਰੇ ਕਰਕੇ ਰਿਜ਼ਲਟ ਅੱਛੇ ਹੀ ਲੈਣ ਦੀ ਹੋਰ ਕੋਸ਼ਿਸ਼ ਕਰੋ ਜੀ ਵੀਨਾ ਜੀ ਜਿਹੜੇ ਸਟੂਡੈਂਟਸ ਨੇ ਹਜੇ ਅਪਲਾਈ ਕਰਨਾ ਸੋ 1 ਚ 5.5 ਵਾਲੇ ਤਾਂ ਰਿਲੈਕਸ ਹੋ ਕੇ ਅਪਲਾਈ ਕਰ ਸਕਦੇ ਆ ਬਿਲਕੁਲ 100 1% ਕੇ ਕੇ ਹੋਤੇ ਐਂਬੈਸੀ ਦੀ ਤਰਫ ਤੋਂ ਇਹ ਆ ਚੁੱਕਿਆ ਹੈ ਕਿ 6 ਬੈਂਡ ਓਵਰਆਲ ਉਹਨਾਂ ਨੇ ਮਿਨੀਮਮ ਦਾ ਕੁਝ ਲਿਖਿਆ ਹੀ ਨਹੀਂ ਹੈ ਐਦਾਂ ਹੀ ਪੀਟੀ ਚ ਵੀ 60 ਓਵਰਆਲ ਲਿਖਿਆ ਤੇ ਬੱਚਾ ਉਹ ਟਾਰਗੇਟ ਤੇ ਕਰਕੇ ਹੀ ਚੱਲੇ ਲੇਕਿਨ ਹਮੇਸ਼ਾ ਸਾਡਾ ਐਜ਼ ਅ ਕੰਸਲਟੈਂਟ ਕਹਿੰਦਾ ਇਹ ਮਤਲਬ ਹੁੰਦਾ ਕਿ ਰਿਜ਼ਲਟ ਜਦ ਅੱਛੇ ਹੁੰਦੇ ਆ ਤੇ ਫਾਈਲਾਂ ਬਹੁਤ ਜ਼ਿਆਦਾ ਲੱਗਦੀਆਂ ਤੇ ਅੱਜ ਸਮਝੋ ਇਹਨਾਂ ਦਾ ਵੀ ਇੱਕ ਨੰਬਰ ਦਾ ਕੋਟਾ ਹੁੰਦਾ ਹੈ ਅਰ ਕਿ ਹੋ ਸਕਦਾ ਕੋਟਾ ਜਿਹੜਾ ਇਹਨਾਂ ਨਾ ਹੋਇਆ ਹੋਏ ਜਦ ਕੋਟਾ ਪੂਰਾ ਹੋ ਜਾਂਦਾ ਹੈ ਤੇ ਫਿਰ ਨੈਚੁਰਲ ਹੈ ਪਿਕ ਐਂਡ ਚੂਜ਼ ਵਾਲੀ ਗੱਲ ਹੁੰਦੀ ਆ ਤੇ ਜਿਹੜਾ ਸਟੂਡੈਂਟ ਤਿਆਰੀ ਕਰ ਰਿਹਾ ਉਹ ਰਿਲੈਕਸ ਹੋ ਕੇ ਤਿਆਰੀ ਨਾ ਕਰੇ ਜਿੰਨਾ ਚੋ ਉਹਦਾ ਰਿਜ਼ਲਟ ਹੋਏਗਾ ਉਹਨੂੰ 100% ਹੋਏਗਾ ਵੀਜ਼ਾ ਆਣਾ ਹੀ ਆਣਾ ਸੋ ਜਿਵੇਂ ਕਿ ਵੀਰਾ ਜੀ ਨੇ ਕਿਹਾ ਤੁਸੀਂ ਅਪਲਾਈ ਕਰ ਸਕਦੇ ਹੋ 5.5 ਨਾਲ ਵੀ ਸੋ ਹੁਣ ਗੱਲ ਕਰਦੇ ਆ ਅਪਲਾਈ ਕਰਨ ਵਾਸਤੇ ਜਨੂਰੀ ਇਨਟੇਕ ਕਿੰਨਾ ਕੁ ਭਰ ਗਿਆ ਕਿੰਨਾ ਕੁ ਖਾਲੀ ਹੈ ਕਿਹੜੀ ਕਿਹੜੀ ਸਟਰੀਮਸ ਦੇ ਕੋਰਸੇ ਇਜ਼ੀਲੀ ਅਵੇਲੇਬਲ ਨੇ ਗਵਰਨਮੈਂਟ ਕਾਲਜੇਸ ਦੀ ਕੀ ਸਿਚੁਏਸ਼ਨ ਹੈ ਪ੍ਰਾਈਵੇਟ ਕਾਲਜੇਸ ਇੰਸਟੀਟਿਊਟਸ ਦੀ ਕੀ ਸਿਚੁਏਸ਼ਨ ਹੈ ਜੀ ਹਰ ਡੇਲੀ ਉਹਨਾਂ ਦੀ ਅਪਡੇਟ ਆਂਦੀ ਹੈ ਕਿ ਅਜੇ ਵਾਲਾ ਕੋਰਸ ਖਤਮ ਹੋ ਗਿਆ ਇਸ ਕਾਲਜ ਦਾ ਖਤਮ ਹੋ ਗਿਆ ਤੇ ਇਹ ਡੇਲੀ ਦੀ ਅਪਡੇਟ ਹੁੰਦੀ ਹੈ ਮੀਨਸ ਕਈ ਵਾਰੀ ਕੁਝ ਘੰਟਿਆਂ ਦੇ ਵਿੱਚ ਵਿੱਚ ਚੇਂਜ ਹੋ ਜਾਂਦਾ ਹੈ ਜਦ ਜਸਦਾ ਸਟੂਡੈਂਟ ਆਂਦਾ ਉਸ ਟਾਈਮ ਸਾਨੂੰ ਪਤਾ ਹੁੰਦਾ ਕਿ ਅਸੀਂ ਕਿਹੜੇ ਕਾਲਜ ਚ ਜਾਓ ਉਹ ਕਹੇ ਕਿ ਮੈਂ ਪਾਰਟਿਕੂਲਰ ਇਸੇ ਕਾਲਜ ਚ ਜਾਣਾ ਮਸਟ ਬੀ ਉਹਦੀ ਸੀਟ ਜਿਹੜੀ ਅਕੱਲ ਹੀ ਬੰਦ ਹੋਈ ਹੈ ਸਾਡੇ ਕੋਲ ਲੇਕਿਨ ਹਜੇ ਫਿਲਹਾਲ ਸਾਡੇ ਕੋਲ ਗਵਰਨਮੈਂਟ ਕਾਲਜ ਦੀ ਵੀ ਸੀਟਾਂ ਈਵਨ ਸੈਪਟੈਂਬਰ ਦੀ ਵੀ ਸੀਟਾਂ ਅਸੀਂ ਲਾਸਟ ਵੀਕ ਤੱਕ ਕੱਢੀਆਂ ਤੇ ਜਾਂਦੇ ਵਾਸਤੇ ਹਜੇ ਹੈ ਸਾਡੇ ਕੋਲ ਗਵਰਨਮੈਂਟ ਕਾਲਜਸ ਦੀ ਵੀ ਹੈ ਔਰ ਬਾਕੀ ਜੇ ਤੁਸੀਂ ਕਹੋ ਪ੍ਰਾਈਵੇਟ ਕਾਲਜਸ ਤੇ ਆਲਵੇਸ ਯੂ ਕੈਨ ਫਾਈਂਡ ਤੁਸੀਂ ਦੇਖ ਸਕਦੇ ਹੋ ਬਟ ਗਵਰਨਮੈਂਟ ਕਾਲਜਸ ਹੀ ਅਸੀਂ ਦੇ ਸਕਦੇ ਹਾਂ ਜੇ ਐਂਡ ਜੇ ਤੁਸੀਂ ਕਹੋ ਸਬਜੈਕਟ ਵਾਈਜ਼ ਤਾਂ ਤੁਹਾਨੂੰ ਮੈਂ ਹਰ ਦੇ ਵਿੱਚ ਮੈਂ ਹਰ ਸ਼ੋਅ ਚ ਕਰਨੀ ਆ ਕਿ ਮੇਰੇ ਕੋਲ ਨਰਸਿੰਗ ਦੇ ਜਿਹੜੀ ਕੋ ਸੇਟ ਹੈ ਔ ਵਿਦਆਉਟ ਮੈਥ ਵੀ ਹੈ ਉਹ ਵੀ ਗਵਰਨਮੈਂਟ ਕਾਲਜ ਉਹ ਵੀ ਤੁਸੀਂ ਬੈਨੀਫਿਟ ਉਠਾ ਸਕਦੇ ਹੋ ਐਂਡ ਗਵਰਨਮੈਂਟ ਕਾਲਜਸ ਦੇ ਵਿੱਚ ਤੁਸੀਂ ਮੇਰੇ ਖਿਆਲ ਪਿਛਲੇ ਸ਼ੋਅ ਜਦੋਂ ਬਖ ਜੀ ਪੁੱਛਿਆ ਸੀਗਾ ਫੀਸ ਘੱਟ ਤੋਂ ਘੱਟ ਕਿੰਨੀ ਕੁ ਦੇ ਸਕਦੇ ਹੋ ਤਾਂ ਸਾਡੇ ਕੋਲ ਕੁਝ ਅੱਛੇ ਕਾਲਜਸ ਜਿਹੜੇ ਵਾਕਈ ਚ ਅੱਛੇ ਆ ਜਿਹੜੇ ਕਿ ਮੀਨਸ ਐਵਰੇਜ ਫੀਸ 15 16 18000 ਡਾਲਰ ਹੁੰਦੀ ਹੈ ਪਰ ਸਾਡੇ ਕੋਲ ਕੁਝ ਕਾਲਜਸ ਹੈ ਜਿਨ੍ਹਾਂ ਦੀ ਫੀਸ 10000 ਡਾਲਰ ਵੀ ਹੈ ਪਰ ਵੀਨਾ ਜੀ 10000 ਡਾਲਰ ਵਾਲੇ ਕਾਲਜਸ ਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਤੇਜ਼ ਤੱਕ ਓਪਨ ਨਹੀਂ ਰਹਿੰਦੇ ਇਹ ਤਾਂ ਹੌਟ ਸੇਲਿੰਗ ਹੁੰਦੇ ਆ ਮੈਂ ਇਸ ਚੇਜ ਤੇ ਇਸ ਕਰਕੇ ਇਹ ਨਹੀਂ ਕਹਿ ਸਕਦੀ ਕਿ ਕਾਲਜ ਬਹੁਤ ਟਾਈਮ ਤੋਂ ਚੱਲ ਰਿਹਾ ਹੈ ਔਰ ਇਹ ਹੌਟ ਸੇਲਿੰਗ ਵਾਲੇ ਨਹੀਂ ਹੈ ਮੀਨਸ ਜਿਨ੍ਹਾਂ ਦੇ ਰਿਜ਼ਲਟ ਹੈ ਜਿਹੜੇ ਗਵਰਨਮੈਂਟ ਦੇ ਧਾਰੇ ਦੇ ਅੰダー ਆਉਂਦੇ ਆ ਤੇ ਇਸ ਕਰਕੇ ਉਹ ਨਹੀਂ ਕਿ ਉਹ ਫਲॉप ਹੋ ਜਾਣਗੇ ਜਾਂ ਕੁਛ ਅੱਦਾਂ ਮਤਲਬ ਜਿਹੜਾ ਬੱਚੇ ਦਾ ਸੁੱਖ ਨਾ ਬਾਹਰ ਜਾਣ ਦਾ ਕੈਨੇਡਾ ਉਹ ਵੀ ਕੈਨੇਡਾ ਜਾਣ ਦਾ ਸਪੈਸ਼ਲੀ ਠੀਕ ਹੈ ਹੁਣ 10200 GIC ਜਗ੍ਹਾ that means ਉਹ ਤੇ ਉਹਦੇ ਆਪਣੇ ਅਕਾਊਂਟ ਦੇ ਵਿੱਚ ਹੀ ਹੈ ਉਹ ਉਹਨੇ ਕਿਸੇ ਨੂੰ ਪੇ ਨਹੀਂ ਕੀਤਾ ਹੁਣ ਉਹਦਾ ਕਿ ਪੇਰੈਂਟਸ ਦੇ ਉੱਪਰ ਪ੍ਰੈਸ਼ਰ ਨਾ ਪਾਏ ਫੀਸ ਦਾ ਉਹਦੇ ਵਾਸਤੇ ਇਹ ਚੀਜ਼ ਠੀਕ ਹੋ ਸਕਦੀ ਹੈ ਲੇਕਿਨ ਜੇ ਤੁਸੀਂ ਕੋ ਮੈਡੀਕਲ ਨਾਨ ਮੈਡੀਕਲ ਵਾਲੇ ਬੱਚੇ ਜਿਨ੍ਹਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਾਂ ਇੰਜੀਨੀਅਰਿੰਗ ਤੋਂ ਰਿਲੇਟਿਡ ਕੁਝ ਸਾਈਬਰ ਸਿਕਿਉਰਿਟੀ ਵਗੈਰਾ ਪ੍ਰੋਗਰਾਮ ਹੈ ਉਹ ਤੇ ਐਸ ਕਾਸਟਲੀ ਐਸ ਕਿ ਮੇਰੇ ਕੋਲ 23000 ਡਾਲਰ ਤੋਂ ਕਟ ਕਟ ਵੀ ਨਹੀਂ ਮਿਲਦੇ ਉਹ ਵੱਲੇ ਜੀ ਸੋ ਜਨੂਅਰੀ ਇਨਟੇਕ ਦੀ ਜੇ ਗੱਲ ਕਰੀਏ ਹੁਣ ਕਿੰਨਾ ਕੁ ਟਾਈਮ ਹੈ ਜਿਸ ਚ ਕੰਫਰਟੇਬਲੀ ਫਾਈਲ ਲੱਗ ਸਕਦੀ ਹੈ ਉਸ ਤੋਂ ਬਾਅਦ ਜੇ ਬੰਨੀਏ ਕਿ ਔਖਾ ਹੋ ਜਾਊਗਾ ਮੈਂ ਹਰ ਸਟੂਡੈਂਟ ਨੂੰ ਇਹ ਕਹਿੰਨੀ ਹੈ ਜਿੰਨੀ ਜਲਦੀ ਆਫਰ ਲੈਟਰ ਅਪਲਾਈ ਕਰ ਲੋ ਔਰ ਕਾਲਜ ਨੂੰ ਫੀਸ ਪੇ ਕਰ ਦੋ ਉਹਦੇ ਬਾਅਦ ਕਿਉਂਕਿ ਹਮੇਸ਼ਾ ਫਾਈਲ ਜਿਹੜੀ ਹੈ 2 ਮਹੀਨੇ ਪਹਿਲੇ ਲਗਾ ਲਓ ਕਿ ਰਿਜ਼ਲਟ ਤੁਹਾਡੇ ਵਾਸਤੇ ਪੋਜ਼ਿਟਿਵ ਰਹੇ ਮੈਂ ਜਿਹੜੀ ਇੱਕ ਗੱਲ ਕਹੀ ਸੀ ਕੋਟੇ ਵਾਲੀ ਕੋਟਾ ਹਮੇਸ਼ਾ ਇੱਕ ਕੋਟਾ ਹੁੰਦਾ ਹੈ ਉਹ ਜਦ ਖਤਮ ਹੋ ਗਿਆ ਤੇ ਨੈਚੁਰਲ ਹੈ ਲਾਸਟ ਵਾਲਿਆਂ ਨੂੰ ਰਿਜੈਕਸ਼ਨ ਦੇਖਣੀ ਪੈਂਦੀਆਂ ਤੇ ਲਾਸਟ ਫਾਈਲ ਅਪਲਾਈ ਕਰੋਗੇ ਤੇ ਉਹ ਤੁਹਾਡੇ ਲੱਕ ਤੇ ਆ ਜਦ ਪਹਿਲਾ ਅਪਲਾਈ ਕਰੋਗੇ ਤੇ ਤੁਹਾਡੇ ਫੇਵਰਟ ਚ ਰਿਜ਼ਲਟ ਆਨਦਾ ਕਾਫੀ ਉਮੀਦ ਹੁੰਦੀ ਆ ਸੋ ਕੈਨੇਡਾ ਕੀ ਲੱਗਦਾ ਤੁਹਾਨੂੰ ਐਜ਼ ਐਨ ਐਕਸਪਰਟ ਇਸ ਵਾਰ ਕਿੰਨੇ ਕੁ ਵੀਜ਼ੇ ਦੇਏਗਾ ਜਾਂ 24 ਚ ਹੋਰ ਵਧਣਗੇ ਵੀਜ਼ਾ ਤਾਂ ਅੱਛਾ ਆਏਗਾ ਤੁਸੀਂ ਇਹ ਦੇਖ ਲੈਣਾ ਦੇਵਕ ਜੀ ਕਿ ਵੀਜ਼ਾ ਨੰਬਰ ਜਿਹੜਾ ਨਾ ਕੈਨੇਡਾ ਦਾ ਬਹੁਤ ਅੱਛਾ ਆਉਣ ਵਾਲਾ ਹੈ ਕਿਉਂਕਿ ਜ਼ਿਆਦਾਤਰ ਸਟੂਡੈਂਟਸ ਦਾ ਰੁਝਾਨ ਅਰਕੀ ਜਿਹੜਾ ਅਸੀਂ ਦੇਖਿਆ ਹੈ ਨਾ ਕਿ ਉਹ ਬਾਕੀ ਕੰਟਰੀਆਂ ਦੀ ਤਰਫ ਰਿਹਾ ਤੇ ਕੈਨੇਡਾ ਉਹਨਾਂ ਦੀ ਫਰਸਟ ਪ੍ਰੀਫਰੈਂਸ ਨਹੀਂ ਰਹਿਣ ਕਰਕੇ ਜਿਹੜੇ ਬੱਚਿਆਂ ਦੀ ਫਰਸਟ ਪ੍ਰੀਫਰੈਂਸ ਸੀ ਉਹਨਾਂ ਨੂੰ ਉਸ ਚੀਜ਼ ਦਾ ਫਾਇਦਾ ਮਿਲ ਗਿਆ ਤੇ ਕੈਨੇਡਾ ਦੇ ਰਿਜ਼ਲਟ ਬਹੁਤ ਅੱਛੇ ਰਹੇ ਹੈ ਔਰ ਇਸ ਸਾਲ ਅੱਛੇ ਹੀ ਰਹਿਣ ਵਾਲੇ ਆ ਸੋ ਮੇਰਾ ਆਖਰੀ ਸਵਾਲ ਹੈ ਜੀ ਕਿਉਂਕਿ ਬਹੁਤ ਸਾਰੇ ਕੰਸਲਟੈਂਟਸ ਵੱਲੋਂ ਡਾਊਟ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਫਾਈਲਿੰਗ ਬਹੁਤ ਜ਼ਿਆਦਾ ਹੋਣੀ ਹੈ ਕਿਉਂਕਿ ਨਾਰਮਸ ਰਿਲੈਕਸ ਨੇ ਤੇ ਆਫਰ ਲੈਟਰ ਦੀ ਦਿੱਕਤ ਆ ਸਕਦੀ ਹੈ ਸੋ ਪ੍ਰੈਜ਼ੈਂਟਲੀ ਆਫਰ ਲੈਟਰ ਕਿੰਨੀ ਦੇ ਚ ਆ ਰਹੀ ਹੈ ਤੇ ਤੁਹਾਨੂੰ ਲੱਗਦਾ ਜਿਹੜੇ ਲੇਟ ਅਪਲਾਈ ਕਰਨਗੇ ਫਿਰ ਆਫਰ ਲੈਟਰ ਲਈ ਕਿਤੇ ਨਾ ਕਿਤੇ ਮਾਰੋ ਮਾਰ ਹੋ ਕੰਪਰੋਮਾਈਜ਼ ਹਾਂ ਬਿਲਕੁਲ ਆਫਰ ਲੈਟਰ ਜਿਹੜਾ ਹਜੇ ਇੱਕ ਟਾਈਟ ਹੁੰਦਾ 15 20 ਡੇਸ ਦਾ ਉਹਦੇ ਵਿਚ ਆ ਰਹੀ ਹੈ ਲੇਕਿਨ ਨੈਚੁਰਲ ਹੈ ਕਿ ਜਦ ਲਾਸਟ ਤੁਸੀਂ ਅਪਲਾਈ ਕਰੋਗੇ ਕਿ ਜਿਹੜੀ ਸੀਟਾਂ ਉਹ ਖਤਮ ਹੋ ਗਈ ਮੰਨ ਲਓ ਉਹਨਾਂ ਦੇ ਕੋਲ ਸੀਟਾਂ ਪਈਆਂ ਹਜੇ 50 ਔਰ ਆਫਰ ਲੈਟਰ ਵਾਸਤੇ ਅੱਗੇ 300 ਬੱਚਾ ਹੈ ਤਾਂ ਨੈਚੁਰਲ 250 ਬੱਚਾ ਜਿਹੜਾ ਉਹਨਾਂ ਨੂੰ ਤੇ ਨਹੀਂ ਮਿਲੇਗੀ ਤੇ ਉਹਨਾਂ ਨੂੰ ਆਲਟਰਨੇਟ ਦੋ ਤਿੰਨ ਕਾਲਜ ਚ ਹੋਰ ਅਪਲਾਈ ਕਰਕੇ ਰੱਖ ਲੈਣਾ ਚਾਹੀਦਾ ਹੈ ਕਿ ਇਹ ਨਾ ਹੋਏ ਕਿ ਤੁਸੀਂ ਇਸ ਕਾਲਜ ਵੀ ਨਹੀਂ ਮਿਲ ਰਹੀ ਕਿ ਹੋਰ ਕਿਧਰੇ ਵੀ ਇਨਟੇਕ ਹੀ ਤੁਹਾਡਾ ਖਰਾਬ ਹੋ ਜਾਏ ਤੇ ਮੇਰੀ ਤੁਹਾਨੂੰ ਇਹ ਐਡਵਾਈਸ ਹੈ ਕਿ ਕਦੇ ਵੀ ਇਕੱਲੇ ਕਾਲਜ ਚ ਨਾ ਕਰੋ ਦੋ ਜਾਂ ਤਿੰਨ ਕਾਲਜ ਚ ਜ਼ਰੂਰ ਕਰੋ ਤੁਸੀਂ ਸੋ ਜਨਰਲੀ ਇਹ ਪ੍ਰੈਕਟਿਸ ਮੈਂ ਦੇਖਿਆ ਆਸਟ੍ਰੇਲੀਆ ਵਾਸਤੇ ਹੁੰਦੀ ਸੀ ਇੱਕ ਤੋਂ ਜ਼ਿਆਦਾ ਜਗ੍ਹਾ ਆਫਰ ਲੈਟਰ ਲੈਣ ਵਾਲੀ ਤੇ ਹੁਣ ਲੱਗਦਾ ਤੁਹਾਨੂੰ ਕਿ ਕੈਨੇਡਾ ਵਾਸਤੇ ਵੀ ਜ਼ਰੂਰੀ ਹੈ ਬਿਲਕੁਲ ਹਮੇਸ਼ਾ ਅਸੀਂ ਤੇ ਵੈਸੇ ਵੀ ਹਮੇਸ਼ਾ ਹੀ ਦੋ ਤਿੰਨ ਕਾਲਜ ਚ ਜ਼ਰੂਰ ਅਪਲਾਈ ਕਰਦੇ ਹਾਂ ਹਰ ਸਟੂਡੈਂਟ ਬਾਈ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਸਕਰੀਨ ਦੇ ਉੱਪਰ ਨੰਬਰ ডিসਪਲੇ ਹੋ ਰਿਹਾ ਤੁਸੀਂ ਕਾਲ ਵੀ ਕਰ ਸਕਦੇ ਹੋ ਸਾਡਾ ਸ਼ੋਅ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ